ਟਰੂਡੋ ਦੇ ਵੱਲੋਂ ਕੀਤੀ ਗਈ ਦਲਜੀਤ ਦੋਸਾਂਝ ਦੀ ਤਾਰੀਫ ਤੇ ਮਨਜਿੰਦਰ ਸਿਸਾ ਨੇ ਇਤਰਾਜ਼ ਜਤਾਇਆ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਦਲਜੀਤ ਦੋਸਾਂਝ ਦੇ ਕੌਂਸਲ ਤੇ ਪਹੁੰਚਦੇ ਨੇ ਅਤੇ ਦਲਜੀਤ ਦੋਸਾਂਝ ਦੇ ਨਾਲ ਮੁਲਾਕਾਤ ਕਰਦੇ ਨੇ। ਸੋਸ਼ਲ ਮੀਡੀਆ ਤੇ ਵੀ ਇਹ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ। ਦੋਵਾਂ ਦੇ ਵੱਲੋਂ ਆਪਣੇ ਅਕਾਊਂਟਸ ਤੇ ਇੱਕ ਦੂਜੇ ਦੇ ਨਾਲ ਇਹ ਫੋਟੋਜ਼ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ। ਜਸਟਿਨ ਟਰੂਡੋ ਦਲਜੀਤ ਦੇ ਕੌਂਸਲ ਦੇ ਵਿੱਚ ਅਚਾਨਕ ਸਰਪ੍ਰਾਈਜ਼ ਵਿਜ਼ਿਟ ਕਰਦੇ ਨੇ ਤਾਂ ਦਲਜੀਤ ਦੇ ਵੱਲੋਂ ਉਹਨਾਂ ਨੂੰ ਵੇਖ ਕੇ ਪਹਿਲਾਂ ਹੱਥ ਜੋੜ ਕੇ ਸਵਾਗਤ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਪੀਐਮ ਟਰੂਡੋ ਨੂੰ ਗੱਲ ਲਗਾਇਆ ਗਿਆ ਅਤੇ ਜਸਟਿਨ ਟਰੂਡੋ ਦੇ ਵੱਲੋਂ ਵੀ ਦਲਜੀਤ ਦੋਸਾਂਝ ਦੀ ਖੂਬ ਤਾਰੀਫ ਕੀਤੀ ਗਈ। ਪਰ ਇਹ ਤਾਰੀਫ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਰਾਸ ਨਹੀਂ ਆ ਰਹੀ ਹੈ। ਦਰਅਸਲ ਜਸਟਿਨ ਟਰੂਡੋ ਨੇ ਆਪਣੇ ਪੇਜ ਤੇ ਦਲਜੀਤ ਦੋਸਾਂਝ ਦੇ ਨਾਲ ਇੱਕ ਪੋਸਟ ਸ਼ੇਅਰ ਕੀਤੀ ਅਤੇ ਉਸਦੇ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਸੀ ਕਿ ਕੈਨੇਡਾ ਇੱਕ ਮਹਾਨ ਮੁਲਕ ਹੈ, ਵਿਭਿੰਨਤਾਵਾਂ ਸਿਰਫ ਸਾਡੀ ਤਾਕਤ ਹੀ ਨਹੀਂ ਸਗੋਂ ਸੁਪਰ ਪਾਵਰ ਹੈ, ਜਿੱਥੇ ਪੰਜਾਬ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਸਟੇਡੀਅਮ ਫੁੱਲ ਹੋ ਗਏ। ਗੌਰ ਕਰਿਓ, ਇੱਥੇ ਲਿਖਿਆ ਹੋਇਆ ਹੈ ਪੰਜਾਬ ਦੇ ਮੁੰਡੇ ਤੇ ਇਹੀ ਉਹ ਅੱਖਰ ਹੈ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਇਸ ਤੇ ਇਤਰਾਜ਼ ਜਤਾਇਆ। ਜਸਟਿਨ ਟਰੂਡੋ ਨੇ ਉਸਕੇ ਬਾਅਦ ਜੋ ਕੀਆ, ਮੁਝੇ ਉਸਕਾ ਖੇਦ ਹੈ, ਦੁੱਖ ਹੈ। ਉਹਨੇ ਆਪਣੇ ਅੱਛੇ ਕੀ ਹੋਏ ਕਾਮ ਕੋ ਸਭ ਮਿੱਟੀ ਕਰ ਦਿਆ, ਕੂੜਾ ਕਰ ਦਿਆ। ਉਹਨਾਂ ਨੇ ਜਬ ਉਹਨਾਂ ਨੇ ਭਾਰਤ ਕੇ ਇਸ ਨੌਜਵਾਨ ਕੇ ਪ੍ਰਤੀ ਜਬ ਆਪਣੇ ਭਾਵ ਵਿਅਕਤ ਕੀਏ ਤੋ ਉਹਨਾਂ ਨੇ ਭਾਰਤ ਕਾ ਨਾਮ, ਇੰਡੀਆ ਕਾ ਨਾਮ ਲੈਣਾ ਵੀ ਠੀਕ ਨਹੀਂ ਸਮਝਾ। ਮੁਝੇ ਲਗਤਾ ਇੱਕ ਪ੍ਰਧਾਨ ਮੰਤਰੀ ਕੋ ਐਸਾ ਨਹੀਂ ਕਰਨਾ ਚਾਹੀਏ। ਜਸਟਿਨ ਟਰੂਡੋ ਦੀ ਇਸ ਪੋਸਟ ਤੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਤਰਾਜ਼ ਜਤਾਏ ਗਏ ਨੇ। ਮਨਜਿੰਦਰ ਸਿੰਘ ਸਿਰਸਾ ਨੇ ਇਤਰਾਜ਼ ਜਤਾਉਂਦੇ ਹੋਏ ਆਪਣੀ ਸੋਸ਼ਲ ਮੀਡੀਆ ਤੇ ਲਿਖਿਆ ਕਿ ਜਨਾਬ ਤੁਸੀਂ ਗਾਇਕ ਦਲਜੀਤ ਦੋਸਾਂਝ ਦੀ ਸ਼ਲਾਘਾ ਕਰਦੇ ਆ, ਜੋ ਸ਼ਬਦ ਵਰਤੇ ਨੇ ਉਹਨਾਂ ਦੇ ਵਿੱਚ ਸ਼ਰਾਰਤ ਕੀਤੀ ਹੈ। ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਭਾਰਤ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਸਟੇਡੀਅਮ ਫੁੱਲ ਹੋ ਗਏ। ਦੱਸ ਦਈਏ ਕਿ ਦਲਜੀਤ ਦੋਸਾਂਝ ਦੇ ਵੱਲੋਂ ਇਤਿਹਾਸ ਰਚਿਆ ਗਿਆ। ਜੋ ਸਟੇਡੀਅਮ ਦੇ ਵਿੱਚ ਦਲਜੀਤ ਦਾ ਕੌਂਸਰਟ ਚੱਲ ਰਿਹਾ ਸੀ, ਉਹ ਬਹੁਤ ਵੱਡਾ ਸਟੇਡੀਅਮ ਹੈ ਜੋ ਕਿ ਕਦੇ ਕਦਾਈ ਹੀ ਫੁੱਲ ਹੁੰਦਾ ਹੈ, ਪਰ ਦਲਜੀਤ ਦੋਸਾਂਝ ਦੇ ਕੌਂਸਰਟ ਦੇ ਦੌਰਾਨ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤੇ ਦਲਜੀਤ ਦੋਸਾਂਝ ਦੇ ਵੱਲੋਂ ਇਹ ਇਤਿਹਾਸ ਰਚਿਆ ਗਿਆ ਅਤੇ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਤੇ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦਾ ਮਾਨ ਵਧਿਆ ਤੇ ਇੱਕ ਨਵਾਂ ਇਤਿਹਾਸ ਦਲਜੀਤ ਦੇ ਵੱਲੋਂ ਰਚਿਆ ਗਿਆ। ਪਰ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਚੀਜ਼ ਪਸੰਦ ਨਹੀਂ ਆਈ ਤੇ ਉਹਨਾਂ ਦੇ ਵੱਲੋਂ ਜਸਟਿਨ ਟਰੂਡੋ ਦੇ ਵੱਲੋਂ ਕੀਤੇ ਗਏ ਦਲਜੀਤ ਦੀ ਪ੍ਰਸ਼ੰਸਾ ਤੇ ਇਤਰਾਜ਼ ਜਤਾਇਆ ਗਿਆ। ਹੋਰ ਅਪਡੇਟਸ ਲਈ ਵੇਖਦੇ ਰਹੋ ਚੇਬਡੀ ਟੀਵੀ।